ਤੇ ਸਿਵਲ ਦੇ ਵਿੱਚ ਅਜੇ ਅਨਨੋਨ ਵਾਰਡ ਦੇ ਵਿੱਚ ਬੰਦਾ ਲਵਾਰਸ ਹਾਲਾਤਾਂ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਦਮ ਤੋੜ ਗਿਆ ਤੇ ਐਸਐਮਓ ਮੈਡਮ ਨੇ ਬੜਾ ਲਾਪਰਵਾਹੀ ਵਾਲਾ ਸਪਸ਼ਟੀਕਰਨ ਦਿੱਤਾ ਕਹਿੰਦੇ ਜੀ ਬੰਦਾ ਮਰ ਗਿਆ ਲਵਾਰਸ ਦੇ ਲਵਾਰਸ ਵਾਰਡ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਕੋਈ ਨਹੀਂ ਮੈਂ ਇਸ ਗੱਲ ਦੀ ਜਾਂਚ ਕਰਦੀ ਹਾਂ ਕਿ ਕਿਹੜੀ ਸੰਸਥਾ ਦੇ ਅੰਡਰ ਇਹ ਸਿਵਲ ਹਸਪੀਟਲ ਦਾ ਅਨਨੋਨ ਵਾਰਡ ਸੀਗਾ ਜਦੋਂ 27 ਤਰੀਕ ਨੂੰ ਖਬਰ ਲੱਗੀ ਸੀ ਤਾਂ ਲੁਧਿਆਣਾ ਦੇ ਸੋ ਕਾਲਡ ਦੋ ਚਾਰ ਸਮਾਜ ਸੇਵੀਆਂ ਨੇ ਲਾਈਵ ਹੋ ਕੇ ਮੇਰੀਆਂ ਮਾਂ ਭੈਣਾਂ ਬਾਰੇ ਫਾਲਤੂ ਬੋਲਿਆ ਐਡਾ ਕਿ ਮੇਰੇ ਬਾਰੇ ਗਲਤ ਬੋਲਿਆ ਗਿਆ ਔਰ ਵੀਡੀਓਜ਼ ਤੱਕ ਸੋਸ਼ਲ ਮੀਡੀਆ ਤੇ ਮੋਹਰੇ ਆਈਆਂ ਜਿਹਦੇ ਵਿੱਚ ਮੇਰੀ ਮਦਰ ਬਾਰੇ ਮੇਰੀ ਸਿਸਟਰ ਬਾਰੇ ਬੋਲਿਆ ਗਿਆ ਕਿ ਤੇਰੇ ਘਰੇ ਮਾਂ ਭੈਣ ਹੈ ਨਹੀਂ ਔਰ ਜਿਹੜੇ ਸ਼ਹਿਰ ਦੇ ਲੋਕਾਂ ਨੇ ਮੇਰੇ ਖਿਲਾਫ ਵੀਡੀਓਜ਼ ਪਾ ਪਾ ਕੇ ਕਿਹਾ ਕਿ ਇਹਦੇ ਘਰੇ ਭੈਣ ਹੈ ਨਹੀਂ ਮਾਂ ਹੈ ਨਹੀਂ ਹੁਣ ਮੈਂ ਉਹਨਾਂ ਨੂੰ ਪੁੱਛਦਾ ਤੁਹਾਡੇ ਕਿੰਨੇ ਕੁ ਜ਼ਮੀਰ ਜਾਗਦੇ ਨੇ ਇਸ ਗੱਲ ਦਾ ਜਵਾਬ ਦਿਓ ਇੱਕ ਬੰਦਾ ਬਿਨਾਂ ਕੱਪੜਿਆਂ ਤੋਂ ਸਿਵਲ ਹਸਪੀਟਲ 'ਚ ਤੜਪ ਤੜਪ ਕੇ ਮਰ ਗਿਆ ਕਿਸੇ ਅਦਾਰੇ ਨੂੰ ਲੈ ਕੇ ਤੁਹਾਨੂੰ ਦਿੱਕਤ ਹੁੰਦੀ ਹੈ ਨਾ ਤਾਂ ਤੁਸੀਂ ਪਹਿਲਾਂ ਜਿਹੜੀ ਦਿੱਕਤ ਹੈ ਉਸ ਬੰਦੇ ਕੋਲ ਜਾਂਦੇ ਹੋ ਉਸ ਤੋਂ ਬਾਅਦ ਉਹਦੀ ਸ਼ਿਕਾਇਤ ਕਰਨ ਜਾਂ ਉਹਦੀ ਪ੍ਰੋਬਲਮ ਲੈ ਕੇ ਸਰਕਾਰ ਕੋਲ ਜਾਂਦੇ ਮੈਂ ਦੋਨੋਂ ਜਗ੍ਹਾਵਾਂ 'ਤੇ ਜਾਣ ਤੋਂ ਬਾਅਦ ਅੱਜ ਤੀਜਾ ਮੀਡੀਆ ਅੱਗੇ ਬੈਠਾ 7 ਸਾਲਾਂ ਤੋਂ ਤਕਰੀਬਨ ਮੈਂ ਸਭ ਨੂੰ ਮਿਲਦਾ ਹੀ ਆ ਰਿਹਾ ਸਿਵਲ ਹਸਪੀਟਲ ਦੇ ਵਿੱਚ ਐਸਐਮਓ ਮੈਮ ਨਾਲ ਤਾਂ ਮੈਂ ਨਾ ਜਾਣੇ ਅਣਗਿਣਤ ਵਾਰ ਬੈਠ ਚੁੱਕਾ ਅਤੇ 1-2 ਲੱਖ ਰੁਪਏ ਦੀ ਡੋਨੇਸ਼ਨ ਜਿਹੜੀ ਰੋਜ਼ ਦੀ ਉਹ ਪ੍ਰਾਈਵੇਟ ਹਸਪੀਟਲ ਨੂੰ ਦੇ ਕੇ ਉਹਦਾ ਢਿੱਡ ਭਰਦਾ ਅਤੇ ਕਿਉਂ ਨਾ ਮੈਨੂੰ ਸਿਵਲ ਦੀ ਸੇਵਾ ਦਿੱਤੀ ਜਾਵੇ ਮੈਂ ਰੋਜ਼ ਦੀ ਸੇਵਾ ਜਿਹੜੀ ਦਾਨ ਦੀ ਸੇਵਾ ਉਹ ਲੋਕਾਂ ਦੇ ਪੈਸੇ ਦੀ ਲੋਕਾਂ ਨੂੰ ਸਿਵਲ 'ਚ ਦਵਾਵਾਂ ਤਾਂ ਮੈਡਮ ਨੇ ਹਮੇਸ਼ਾ ਕਹਿਣਾ ਕੋਈ ਨਹੀਂ ਸੋਚ ਵਿਚਾਰ ਕਰਦੇ ਹਾਂ ਸੋਈ ਨਹੀਂ ਸੋਚ ਵਿਚਾਰ ਕਰਦੇ ਜਿਹੜੀ ਆ ਮੇਰੇ ਹੱਥ ਦੇ ਵਿੱਚ ਸਰਕਾਰੀ ਪਰਚੀ ਹੈ ਤੁਸੀਂ ਆਪ ਦੱਸੋ ਕਿ ਕਦੀ ਕੋਈ ਸਰਕਾਰੀ ਅਦਾਰੇ ਵਾਲਾ ਹਸਪੀਟਲ ਕਿਸੇ ਮਰੀਜ਼ ਨੂੰ ਪ੍ਰਾਈਵੇਟ ਦਾਖਲ ਕਰਨ ਲਈ ਜਾਂ ਉਹਨੂੰ ਰੈਫਰ ਕਰ ਸਕਦਾ ਜਾਂ ਇਲਾਜ ਲਈ ਦਾਖਲ ਕਰ ਸਕਦਾ ਜੇ ਸਰਕਾਰੀ ਹਸਪੀਟਲਾਂ ਨੇ ਮਰੀਜ਼ਾਂ ਨੂੰ ਪ੍ਰਾਈਵੇਟ ਹੀ ਭੇਜਣਾ ਫਿਰ ਸਰਕਾਰੀ ਹਸਪੀਟਲ ਕਾਹਦੇ ਲਈ ਖੁੱਲ੍ਹੇ ਨੇ ਅਤੇ ਮੇਰੇ ਖਿਲਾਫ਼ ਜਿਹੜੀ ਹੈਡਲਾਈਨਸ ਲੱਗੀਆਂ 27 ਮਈ ਤੋਂ ਬਾਅਦ ਮੈਂ ਬੜਾ ਕੌੜਾ ਘੁੱਟ ਭਰ ਕੇ ਆਪਣੇ ਆਪ 'ਤੇ ਕੰਟਰੋਲ ਕਰਕੇ ਬੈਠਾਂ ਕਿ ਕੋਈ ਗੱਲ ਨਹੀਂ ਅਨਮੋਲ ਤੂੰ ਸੱਚਾ ਵਕਤ ਜਵਾਬ ਦੇਗਾ ਮੈਂ ਪਹਿਲਾਂ ਤਾਂ ਤੁਹਾਡੇ ਸਾਰੇ ਮੀਡੀਆ ਵਾਲਾ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਇਓ ਅਸਲ ਦੇ ਵਿੱਚ ਪ੍ਰੈਸ ਕਾਨਫਰੰਸ ਬਣਦੀ ਤਾਂ ਮੇਰੀ 27 ਮਈ ਦੀ ਸੀਗੀ ਪਰ ਮੈਂ ਜਿਵੇਂ ਵੇਟ ਕਰ ਰਿਹਾ ਸੀਗਾ ਕਿ ਮੈਂ ਨਾ ਜਵਾਬ ਦੇਵਾਂ ਪ੍ਰੈਸ ਕਾਨਫਰੰਸ ਰਾਹੀਂ ਵਕਤ ਪਰਮਾਤਮਾ ਜਵਾਬ ਆਪ ਦੇਵੇਗਾ ਅਤੇ ਅੱਜ ਜਿਹੜੀ ਨਿਊਜ਼ਲਾਈਨ ਹੈਡਲਾਈਨ 'ਚ 26 ਤਰੀਕ ਨੂੰ ਮੇਰੀ ਖਬਰ ਲੱਗੀ ਸੀ ਉਸੇ ਅਖਬਾਰ ਦੇ ਵਿੱਚ ਅੱਜ ਹੈਡਲਾਈਨ ਮੈਂ ਪੜ੍ਹੀ ਜਦੋਂ ਸਵੇਰੇ ਹਾਲਾਤੇ ਸਿਵਲ ਅਤੇ ਸਿਵਲ ਦੇ ਵਿੱਚ ਅੱਜ ਇੱਕ ਅਨਨੋਨ ਵਾਰਡ ਦੇ ਵਿੱਚ ਬੰਦਾ ਲਵਾਰਸ ਹਾਲਾਤਾਂ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਅੱਜ ਦਮ ਤੋੜ ਗਿਆ ਅਤੇ ਅੱਜ ਮੈਂ ਮਜਬੂਰ ਹੋ ਗਿਆ ਪ੍ਰੈਸ ਕਾਨਫਰੰਸ ਕਰਨ ਨੂੰ ਇਹਦੇ 2 ਕਾਰਨ ਹੈ ਜਦੋਂ ਵੀ ਕਿਸੇ ਅਦਾਰੇ ਨੂੰ ਲੈ ਕੇ ਤੁਹਾਨੂੰ ਦਿੱਕਤ ਹੁੰਦੀ ਹੈ ਨਾ ਤਾਂ ਤੁਸੀਂ ਪਹਿਲਾਂ ਜਿਹੜੀ ਦਿੱਕਤ ਹੈ ਉਸ ਬੰਦੇ ਕੋਲ ਜਾਂਦੇ ਹੋ ਉਸ ਤੋਂ ਬਾਅਦ ਉਹਦੀ ਸ਼ਿਕਾਇਤ ਕਰਨ ਜਾਂ ਉਹਦੀ ਪ੍ਰੋਬਲਮ ਲੈ ਕੇ ਸਰਕਾਰ ਕੋਲ ਜਾਂਦੇ ਹੋ ਮੈਂ ਦੋਨੋਂ ਜਗ੍ਹਾਵਾਂ 'ਤੇ ਜਾਣ ਤੋਂ ਬਾਅਦ ਅੱਜ ਤੀਜਾ ਮੀਡੀਆ ਅੱਗੇ ਬੈਠਾ ਮੈਂ ਸਿਵਲ ਹਸਪੀਟਲ ਦੇ ਐਸਐਮਓ ਮੈਮ ਹੋਰ ਤਮਾਮ ਲੀਡਰਸ ਸ਼ਹਿਰ ਦੇ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਮੈਂ ਪਹਿਲਾਂ ਉਹਨਾਂ ਨੂੰ ਮਿਲਿਆ 7 ਸਾਲਾਂ ਤੋਂ ਤਕਰੀਬਨ ਮੈਂ ਸਭ ਨੂੰ ਮਿਲਦਾ ਹੀ ਆ ਰਿਹਾ ਸਿਵਲ ਹਸਪੀਟਲ ਦੇ ਵਿੱਚ ਐਸਐਮਓ ਮੈਮ ਨਾਲ ਤਾਂ ਮੈਂ ਨਾ ਜਾਣੇ ਅਣਗਿਣਤ ਵਾਰ ਬੈਠ ਚੁੱਕਾ ਕਿ ਮੇਰੀ ਮੈਡਮ ਉਮਰ ਜ਼ਰੂਰ ਛੋਟੀ ਹੈ ਪਰ ਮੈਂ ਪੰਜਾਬ ਲਈ ਆਪਣੇ ਲੁਧਿਆਣੇ ਸ਼ਹਿਰ ਲਈ ਕੁਛ ਕਰਨਾ ਚਾਹੁੰਦਾ ਤਾਂ ਮੈਂ ਹਮੇਸ਼ਾ ਮੈਡਮ ਨੂੰ ਕਹਿਣਾ ਕਿ ਮੈਡਮ ਮੈਂ ਸਿਵਲ ਹਸਪੀਟਲ ਦੇ ਬਾਹਰ ਬੈਠਦਾ ਰੋਜ਼ ਅਤੇ 1-2 ਲੱਖ ਰੁਪਏ ਦੀ ਡੋਨੇਸ਼ਨ ਜਿਹੜੀ ਰੋਜ਼ ਦੀ ਉਹ ਪ੍ਰਾਈਵੇਟ ਹਸਪੀਟਲ ਨੂੰ ਦੇ ਕੇ ਉਹਦਾ ਢਿੱਡ ਭਰਦਾ ਅਤੇ ਕਿਉਂ ਨਾ ਮੈਨੂੰ ਸਿਵਲ ਦੀ ਸੇਵਾ ਦਿੱਤੀ ਜਾਵੇ ਮੈਂ ਰੋਜ਼ ਦੀ ਸੇਵਾ ਜਿਹੜੀ ਦਾਨ ਦੀ ਸੇਵਾ ਉਹ ਲੋਕਾਂ ਦੇ ਪੈਸੇ ਦੀ ਲੋਕਾਂ ਨੂੰ ਸਿਵਲ 'ਚ ਦਵਾਵਾਂ ਤਾਂ ਮੈਡਮ ਨੇ ਹਮੇਸ਼ਾ ਕਹਿਣਾ ਕੋਈ ਨਹੀਂ ਸੋਚ ਵਿਚਾਰ ਕਰਦੇ ਹਾਂ ਸੋਈ ਨਹੀਂ ਸੋਚ ਵਿਚਾਰ ਕਰਦੇ ਹਾਂ ਲਾਸਟ ਟਾਈਮ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਨੇ ਮੀਡੀਆ ਨੂੰ ਪਤਾ ਹੈ ਕਿ ਨਹੀਂ ਪਤਾ ਪਰ ਅਖਬਾਰਾਂ ਦੇ ਵਿੱਚ ਆਹ ਅਖਬਾਰਾਂ ਢੇਰ ਲੱਗੀਆਂ ਪਈਆਂ 25-30 ਅਖਬਾਰਾਂ 'ਚ ਕੋਈ ਗੱਲ ਐਸੀ ਨਹੀਂ ਆ ਮੈਂ ਸਾਰੀਆਂ ਅਖਬਾਰਾਂ ਦੇ ਹੈਡਲਾਈਨਸ ਕੱਢੀਆਂ ਅਤੇ ਮੇਰੇ ਖਿਲਾਫ਼ ਜਿਹੜੀ ਹੈਡਲਾਈਨਸ ਲੱਗੀਆਂ 27 ਮਈ ਤੋਂ ਬਾਅਦ ਮੈਂ ਬੜਾ ਕੌੜਾ ਘੁੱਟ ਭਰ ਕੇ ਆਪਣੇ ਆਪ 'ਤੇ ਕੰਟਰੋਲ ਕਰਕੇ ਬੈਠਾਂ ਕਿ ਕੋਈ ਗੱਲ ਨਹੀਂ ਅਨਮੋਲ ਤੂੰ ਸੱਚਾ ਵਕਤ ਜਵਾਬ ਦੇਗਾ ਕਿਉਂਕਿ ਜਦੋਂ ਤੁਹਾਡੇ ਕੋਲ ਆਪਣਾ ਸਪਸ਼ਟੀਕਰਨ ਦੇਣ ਲਈ ਕੋਈ ਸਬੂਤ ਨਾ ਹੋਵੇ ਕਿ ਤੁਸੀਂ ਸੱਚੇ ਹੋ ਫਿਰ ਰੱਬ 'ਤੇ ਛੱਡੀ ਦੀ ਮੈਂ ਰੱਬ 'ਤੇ ਛੱਡੀ ਅਤੇ ਅੱਜ 15 ਜੂਨ ਨੂੰ ਮੇਰੇ ਪਹਿਲੀ ਫਰੰਟ ਪੇਜ ਦੀ ਅਖਬਾਰ ਲੱਗੀ ਜਿੱਥੇ ਮੀਡੀਆ ਵਾਲਿਆਂ ਨੇ ਸਵਾਲ ਪੁੱਛਿਆ ਐਸਐਮਓ ਮੈਡਮ ਨੂੰ ਕਿ ਮੈਡਮ ਤੁਹਾਡੇ ਸਿਵਲ ਹਸਪੀਟਲ ਦੇ ਵਿੱਚ ਇੱਕ ਅਨਨੋਨ ਵਾਰਡ ਦੇ ਵਿੱਚ ਉਹ ਅਨਨੋਨ ਵਾਰਡ ਜਿਹਦੀਆਂ ਟਾਇਲਾਂ ਤੱਕ ਸਾਡੇ ਡੋਨਰਾਂ ਵੱਲੋਂ ਲਵਾਈਆਂ ਗਈਆਂ ਜਿਹਦੇ 'ਚ ਬੈੱਡ ਪਏ ਸਾਡੇ ਡੋਨਰਾਂ ਵੱਲੋਂ ਦਿੱਤੇ ਗਏ ਨੇ ਭਾਵੇਂ ਉਹਦੀ ਅਥਾਰਟੀ ਅੱਜ ਕਿਸੇ ਹੋਰ ਸੰਸਥਾ ਦੇ ਕੋਲ ਹੈ ਮੈਂ ਉਹਦਾ ਵੀ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਮੀਡੀਆ 'ਚ ਕਦੀ ਵੀ ਸੇਵਾ ਕਰਨ ਵਾਲੇ ਬੰਦਿਆਂ ਨੂੰ ਉਛਾਲ ਕੇ ਨਾਮ ਉਹਨਾਂ ਦਾ ਸੇਵਾ ਖਰਾਬ ਨਹੀਂ ਕਰਦਾ ਭਾਵੇਂ ਉਹ ਗਲਤ ਹੋਣ ਸਹੀ ਹੋਣ ਮੈਂ ਕਹਿੰਦਾ ਭਾਵੇਂ ਉਹ ਗਲਤ ਵੀ ਹੋਣ 2 ਮਰੀਜ਼ਾਂ ਦੀ ਤਾਂ ਭਲਾ ਕਰ ਰਹੇ ਆ ਅਤੇ ਐਸਐਮਓ ਮੈਡਮ ਨੇ ਬੜਾ ਲਾਪਰਵਾਹੀ ਵਾਲਾ ਸਪਸ਼ਟੀਕਰਨ ਦਿੱਤਾ ਕਹਿੰਦੇ ਜੀ ਬੰਦਾ ਮਰ ਗਿਆ ਲਵਾਰਸ ਵਾਰਡ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਕੋਈ ਨਹੀਂ ਮੈਂ ਇਸ ਗੱਲ ਦੀ ਜਾਂਚ ਕਰਦੀ ਹਾਂ ਕਿ ਕਿਹੜੀ ਸੰਸਥਾ ਦੇ ਅੰਡਰ ਇਹ ਸਿਵਲ ਹਸਪੀਟਲ ਦਾ ਅਨਨੋਨ ਵਾਰਡ ਸੀਗਾ ਮੈਂ ਮੀਡੀਆ ਰਾਹੀਂ ਪੁੱਛਣਾ ਚਾਹੁੰਦਾ ਕਿ ਜਦੋਂ 27 ਤਰੀਕ ਨੂੰ ਖਬਰ ਲੱਗੀ ਸੀ ਤਾਂ ਲੁਧਿਆਣਾ ਦੇ ਸੋ ਕਾਲਡ 2-4 ਸਮਾਜ ਸੇਵੀਆਂ ਨੇ ਲਾਈਵ ਹੋ ਕੇ ਮੇਰੀਆਂ ਮਾਂ ਭੈਣਾਂ ਬਾਰੇ ਫਾਲਤੂ ਬੋਲਿਆ ਕਿ ਇਹਦੇ ਘਰੇ ਭੈਣ ਹੈ ਨਹੀਂ ਇਹਨੂੰ ਬੋਲਣ ਦੀ ਅਕਲ ਹੈ ਨਹੀਂ
हालांकि जिहड़ी बदतमीजी की खबर मेरी हर अखबार दे विच लगी आ देखो जी आ फ्रंट पेज की मेरी अखबार की जिहड़ी खबर लगी है जिहदे विच मतलब इन्ना क गंदा मेरे लिए बोलिया गया अखबारों दीआं आ हैडलाइनस है जिहड़ियां मैं तुहानूं सारियां मीडिया नूं जिहड़े प्रूफ है दऊंगा एडा क मेरे बारे गलत बोलिया गया और वीडियोज़ तक सोशल मीडिया के मोहरे आईया जिहदे विच मेरी मदर बारे मेरी सिस्टर बारे बोलिया गया कि तेरे घरे माँ भैन है नहीं तू एस एम ओ मैडम नूं इदां बोल के आया। मैं सोचा कि किसी कोई सबूत नहीं है कि मेरी बदतमीजी हुई है मैडम नाल या मैं गलत बोलिया। कुदरती परमात्मा की कृपा दे नाल जिहड़ी एस एम ओ दफ्तर दे विच मेरी ते माणयोग मौजूदा एम एल ए साहब पप्पी प्रैशर जी की गलबात हुई सी उहदी किते वीडियो ते ऑडियो रिकॉर्डिंग बाहर आ गई ते मेरे परिवार ने ते मेरे टीम ने जदों वो ऑडियो वीडियो सुनी कि अनमोल जी बैठे ने मोहरे मेरे होर नाल टीम मैंबर सीगे वो जदों सारी गलबात देखी कहिंदे इहदे च तां अनमोल बोलिया ही नहीं। बदतमीजी तां बंदा वो करेगा ना जिहड़ा बेचारा बोलिया होएगा ते मेरे ते इल्जाम लगे मैं फिर भी परमात्मा का भाणा मन के सह गया पर अज वक्त ने जो दबाव दिता चलो मैं इसलिए इंटरव्यू नहीं कर रहा कि मैनू अज सैटिस्फैक्शन मिली है। मैं अपने लुधियाना शहर के सिविल का कभी भी तमाशा बनता नहीं देख सकता। नौजवान जरूर हाँ उम्र छोटी जरूर है। एक मीडिया च मैडम ने लाइन ये भी छापी सी कि जिनी जिन्ना मेरा तजर्बा काम करन दा अनमोल दी उन्नी उम्र है। मैं दसना चाहना कि उम्र के नाल कभी बंदे दे जज्बे ही नहीं दसे जाते। वो 23 साल की उम्र के सरदार भगत सिंह जी चलो असी तो उन्होंने पैरों की धूल बराबर नहीं 23 साल की उम्र से अपने आप को रस्सा चुम गए कि उन्होंने उम्र क्यों नहीं पूछी गई। छोटे छोटे भरा जिहड़े साडे बार्डर से शहीद होंदे ने चढ़ती उम्र चले जाते उन्होंने उम्र पुछ के क्यों नहीं उन्होंने दाखिल किया जाता तो साडियां उम्र से सवाल होंदे ने। पर अफसोस अज इंटरव्यू करन दा मीडिया राही ये गल करना चाहना कि सिविल होस्पिटल के जो हालात ने वो मेरे नाल तुसीं बहुत बखूबी जानते हो। तीन चार मैं तुहाडे मोहरे हरकतां इन्हां दीआं लियाना मोहरे आ सिविल होस्पिटल की रसीद है जी मेरे कोल मौजूदा सिविल होस्पिटल लुधियाने का जिहड़ी मेरे हाथ दे विच सरकारी पर्ची है। तुसीं आप दसो कि कभी कोई सरकारी अदारे वाला होस्पिटल किसी मरीज़ नूं प्राइवेट दाखिल करन लई या उन्हूं रैफर कर सकदा या इलाज लई दाखिल कर सकदा नहीं कर सकदा। जे सरकारी होस्पिटलां ने मरीजां नूं प्राइवेट ही भेजना है फिर सरकारी होस्पिटल कादे लई खुले ने। पर साडे कोल ऑडियो रिकॉर्डिंग भी हैगी है जे कहिंदे हो मैं वी विच सुना दिंदा पूरी ऑडियो रिकॉर्डिंग है साडे कोल जिहदे च डॉक्टर साहब शरेआम मन रहे ने मैं फॉरवर्ड कर दिंदा तुहानूं सारिआं नूं उह च जरूर लाइओ विच जिहदे च शरेआम मैडम कह रहे हैं कि जी तुम डीएमसी चले जाओ इलाज कराण उत्थे इलाज करा लो कि देखा जाए जो सिविल होस्पिटल के इलाज तुम नहीं करना। जो असं एस एम ओ मैडम को बैठते हैं वह सरकार दिक्कत दसनिया शुरू कर देंगे जो सरकार को बैठते हैं वह कहें जी साडे थले लीडर जिहड़े सरकारी अधिकारी ने करप्ट ने। मैं पिछे सीएम साहब नूं भी मिलिया सीगा भगवंत मान जी उत्थे भी मैं यही मुद्दा रखिया मैं कहा जी लोग मर रहे हैं लुधियाने शहर की 50 लाख आबादी हो गई है सिविल होस्पिटल अज भी उही है जिहड़ा 20 साल पहला सी तां उन्होंने मैनूं कहा जी रडार ते ने सारे तो मैं उन्होंने एक गल की कि सीएम साहब असीं पंजाब लई कुछ करना चाहते हैं मेरे नाल होर अनेक संस्थावां पंजाब दीआं जिहड़ियां एक कहण दे सरकार ते लखा रुपया या करोड़ा रुपया होस्पिटलां नूं दान दे देवे सरकारी पर सरकारी होस्पिटल वालिआं कोल जदों असीं जगह मंगण जाने हाँ हालांकि मैं कोई रजिस्ट्री कराउण वास्ते जगह मंगण नहीं गया सी मैं लोगों की सहूलत लई और ऑलरेडी उस सिविल होस्पिटल च 5-6 संस्थावां बैठीआं मैं कोई अवला कला नहीं गया सीगा ते असी कहा उन्हां नूं कि असी उत्थे बैठ के लोगों की सेवा करना चाहते हैं जिहड़ियां दिक्कतां तुहानूं आ रही हैं सिविल दे अंदर डॉक्टर 20 दवाइयां लिख के दिंदा अंदरों 10 नहीं मिलदियां असी कहा जे 10 नहीं मिलदियां वो असी लैके देवांगे साडी संस्था लैके देगी सानूं जगह दिओ बैठण लई जिहदे च असी अपनी दवाइयां बूटियां या तुहाडी दस्से अनुसार असी सेवा करिए। पर एस एम ओ मैडम ने जिहड़ा उस तों बाद जो कुछ होया तुहानूं पता ही है कारण है जी जदों जदों भी जिहड़ा जिहड़ा भी सच दा झंडा चकदा उहनूं इह कुछ सहना पैंदा ते अज जिहड़ी आ प्रैस कॉन्फ्रेंस भी मैं कर रहा ये निरपक्ष बिना डर तो कर रहा हालांकि मैडिकल माफिया बहुत वड्डा मैं पहला भी मुद्दा चक्या सीगा कि जनरिक दवाई के उत्ते तुसीं भी सारे प्राप्तता लैन जाने हो तुहानूं दवाई का नाम नहीं पता होएगा तुहानूं उहदा मतलब नहीं पता होएगा मीनिंग नहीं पता होएगा स्पैलिंग नहीं पता होणगे उहदा ऑल्टरनेटिव नहीं पता होएगा जनरिक है कि एथिकल है दा मतलब नहीं पता होएगा। पर फिर भी पिछले 7 सालों तो जिन्ना क साडा तजर्बा असीं सरकार नूं इही गुहार लाते रह गए कि एक जिहड़ी एम आर पी तुसीं सूई दे पत्ते ते लाने हो या शराब की बोतल ते लाने हो जेनरिक दवाइया के पत्तिया से क्यों नहीं एम आर पाई लग रही। सारा कुछ है जी प्रूफ ऑडियो आ सरकारी पर्ची के अदारा लिखा गया जी आ देखो सरकारी पर्ची के अदार के नाल लिखा गया कि पेशेंट रैफर टू पर्ची के डॉक्टर का पेशेंट भी नंबर भी लिख के दिता है सब कुछ प्रूफ है जी रिकॉर्डिंग भी हैगी है जिहदे विच डॉक्टर मन रहे ने। बाकी इदां दे प्रूफ तो सिविल होस्पिटल कभी तुम आप ही जाके स्कैम कढ़ो तो रोज़ के 20 मिल जाने तुहानूं ਸੇਵਾ ਕਰਨ ਜਾਂਦੇ ਹੋ ਹਰ ਪਾਸੇ ਵਿਵਾਦ ਹੁੰਦਾ ਸ਼ੁਰੂਆਤ ਤੋਂ ਦੇਖ ਰਹੇ ਹਾਂ ਜਿਹੜੇ ਵੀ ਹੋਸਪਿਟਲ ਗਏ ਆ ਹਰ ਵਾਰੀ ਵਿਵਾਦ ਹੁੰਦਾ ਹੁਣ ਸਿਵਲ ਹੋਸਪਿਟਲ ਤੋਂ ਸੇਵਾ ਸ਼ੁਰੂ ਹੀ ਕੀਤੀ ਸ਼ੁਰੂ ਕਰਦੇ ਆ ਜਾਂ ਮੈਨੂੰ ਲੱਗਦਾ ਮਹੀਨਾ ਵੀ ਨਹੀ
ਦੇਖੋ ਜੀ, ਇਹ ਤਾਂ ਇਹਦਾ ਜਵਾਬ ਦੇਣਾ ਮੇਰੇ ਲਈ ਕੋਈ ਬਹੁਤਾ ਔਖਾ ਨਹੀਂ ਹੈ, ਤਾਂ ਜਨਤਾ ਹੀ ਜਵਾਬ ਦੇ ਦੇਗੀ। ਜਿਹੜਾ ਜਿਹੜਾ ਬੰਦਾ ਸੱਚ ਦੇ ਰਾਹ ਤੇ ਚੱਲੇਗਾ, ਹੁਣ ਤੁਸੀਂ ਮੀਡੀਆ ਵਾਲੇ ਭਰਾਓ, ਤੁਸੀਂ ਇੱਕ ਅੱਧਾ ਕੋਈ ਐਸਾ ਕੇਸ ਫੜ ਲਓ ਜਿਹਨੂੰ ਕੋਈ ਨਹੀਂ ਫੜਦਾ, ਜੇ ਤੋਂ ਕੋਈ ਵੀ ਬੰਦਾ ਡਰਦਾ, ਜੇ ਤੁਸੀਂ ਵੀ ਫੜ ਲਓਗੇ ਤਾਂ ਤੁਹਾਨੂੰ ਵੀ ਲੋਕ ਕਈ ਕਹਿਣਗੇ ਕਿ ਸ਼ਾਇਦ ਇਹਨੇ ਕੁਝ ਕਰਨ ਲਈ ਕਰ ਲਿਆ। ਬਾਕੀ ਐਨਜੀਓ ਨਾਲ ਕਦੇ ਨਹੀਂ ਹੋਇਆ, ਬਾਕੀ ਵੀ ਸੇਵਾ ਕਰਦੇ ਨੇ। ਨਹੀਂ ਐਦਾਂ ਦੀ ਗੱਲ ਨਹੀਂ, ਬਾਕੀ ਐਨਜੀਓ ਨਾਲ ਵੀ ਰੌਲਾ ਬਹੁਤ ਪੈਂਦਾ, ਪਰ ਕੋਈ ਐਸੀ ਐਨਜੀਓ ਦਿਖਾਓ ਜਿਹੜੀ ਸਰਕਾਰੀ ਹਸਪੀਟਲ ਨਾਲ ਮੱਥਾ ਲੈ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਮੈਨੂੰ ਤਾਂ ਵਧੀਆ ਸਰਕਾਰ ਬਾਰੇ ਚਾਰ ਗੱਲਾਂ ਮਿਲੀਆਂ ਅੱਜ ਤੱਕ। ਮੈਂ ਅੱਜ ਤੱਕ ਕਿਉਂ ਨਹੀਂ ਸਿਵਲ ਹਸਪੀਟਲ ਦੇ ਖਿਲਾਫ ਕੋਈ ਇੰਟਰਵਿਊ ਕੀਤੀ? ਮੇਰੇ ਕੋਲ ਕਲਿੱਪਸ ਪਈਆਂ, ਮੈਂ ਤੁਹਾਨੂੰ ਦੇ ਵੀ ਦਊਂਗਾ, ਜਿਹਦੇ 'ਚ ਪੇਸ਼ੈਂਟ ਆ ਕੇ ਸਾਡੀ ਵੀਡੀਓ 'ਚ ਸਿਵਲ ਹਸਪੀਟਲ ਬਾਰੇ ਇੰਨੀ ਗੁਬਾਰ ਕੱਢ ਰਿਹਾ, ਮੈਂ ਫਿਰ ਵੀ ਉਹਨੂੰ ਚੁੱਪ ਕਰਾ ਰਿਹਾ ਕਿ ਰਹਿਣ ਦੇ। ਉਹਦਾ ਕਾਰਨ ਸੀ ਕਿ ਜੇ ਮੈਂ ਹੀ ਸਿਵਲ ਭੰਡਣ ਲੱਗ ਗਿਆ ਤਾਂ ਮੈਂ ਕਿਹੜੇ ਮੂੰਹ ਨਾਲ ਲੋਕਾਂ ਨੂੰ ਕਹੂੰਗਾ ਕਿ ਸਿਵਲ ਜਾ ਕੇ ਇਲਾਜ ਕਰਾਓ। ਇਸ ਲਈ ਮੈਂ ਅੱਜ ਤੱਕ ਸਿਵਲ ਹਸਪੀਟਲ ਦੇ ਖਿਲਾਫ ਨਹੀਂ ਬੋਲਿਆ, ਅੱਜ ਵੀ ਮੈਂ ਖਿਲਾਫ ਨਹੀਂ ਬੋਲ ਰਿਹਾ, ਸਿਰਫ ਮੈਂ ਤੁਹਾਨੂੰ ਇੱਕ ਦੁਨੀਆ ਦਾ ਚੱਕਰ ਵਿਊ ਜਿਹੜਾ ਘੁੰਮਦਾ ਹੁੰਦਾ ਉਹ ਦਿਖਾ ਰਿਹਾ ਕਿ ਜਿਹੜੇ ਫਰੰਟ ਪੇਜ ਤੇ ਮੇਰੀ ਖਬਰ ਲੱਗੀ ਸੀ ਕਿ ਅਨਮੋਲ ਨੂੰ ਬੋਲਣ ਦੀ ਅਕਲ ਹੈ ਨਹੀਂ ਜਾਂ ਅਨਮੋਲ ਇਦਾਂ ਅਨਮੋਲ ਉਦਾਂ, ਉਹਦੇ 'ਚ ਇਹ ਵੀ ਕਿਹਾ ਗਿਆ ਸੀ ਕਿ ਜੇ ਛੋਟੀ ਜਿਹੀ ਉਮਰ ਦਾ ਮੁੰਡਾ ਆ ਕੇ ਸਾਨੂੰ ਦੱਸੇਗਾ ਤਾਂ ਸੌਰੀ ਟੂ ਸੇ ਸਾਡਾ ਕੰਮ ਕਰਨਾ ਇੱਥੇ ਮੁਸ਼ਕਲ ਹੋ ਜਾਏਗਾ। ਔਰ ਮੈਂ ਦੱਸ ਦੇਣਾ ਚਾਹੁੰਦਾ ਕਿ ਸਿਵਲ ਹਸਪੀਟਲ ਦੀ ਜਿਹੜੀ ਉਸ ਦਿਨ ਦੀ ਅੰਦਰ ਦੀ ਰਿਕਾਰਡਿੰਗ ਹੈ ਉਹ ਮੈਂ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਮੇਰੇ ਵੱਲ ਬਿਲਕੁਲ ਨਾ ਜਾਇਓ, ਤੁਸੀਂ ਖੁਦ ਉਹ ਰਿਕਾਰਡਿੰਗ ਕਢਾ ਕੇ SMO ਮੈਡਮ ਨੇ ਬਾਕੀ ਮੀਡੀਆ ਚੈਨਲ ਨੂੰ ਵੀ ਦਿੱਤੀਆਂ, ਤੁਸੀਂ ਵੀ ਚਲਾਇਓ ਕਿ ਉਸ ਦੇ ਵਿੱਚ ਦੱਸੋ ਲੋਕਾਂ ਨੂੰ ਕਮੈਂਟ ਕਰਕੇ ਕਿ ਕਿੱਥੇ ਅਨਮੋਲ ਨੇ ਬਦਤਮੀਜ਼ੀ ਕੀਤੀ ਹੈ। ਔਰ ਜਿਹੜੇ ਸ਼ਹਿਰ ਦੇ ਲੋਕਾਂ ਨੇ ਮੇਰੇ ਖਿਲਾਫ ਵੀਡੀਓਜ਼ ਪਾ ਪਾ ਕੇ ਕਿਹਾ ਕਿ ਇਹਦੇ ਘਰੇ ਭੈਣ ਹੈ ਨਹੀਂ, ਮਾਂ ਹੈ ਨਹੀਂ, ਹੁਣ ਮੈਂ ਉਹਨਾਂ ਨੂੰ ਪੁੱਛਦਾ ਤੁਹਾਡੇ ਕਿੰਨੇ ਕੁ ਜ਼ਮੀਰ ਜਾਗਦੇ ਨੇ? ਇਸ ਗੱਲ ਦਾ ਜਵਾਬ ਦਿਓ, ਇੱਕ ਬੰਦਾ ਬਿਨਾਂ ਕੱਪੜਿਆਂ ਤੋਂ ਸਿਵਲ ਹਸਪੀਟਲ ਤੜਪ ਤੜਪ ਕੇ ਮਰ ਗਿਆ, ਇਹਦਾ ਜਵਾਬ ਦਿਓ ਹੁਣ ਤੁਸੀਂ ਸਾਰੇ। ਤਾਂ ਮੈਨੂੰ ਲੱਗਦਾ ਕਿ ਲੁਧਿਆਣੇ ਸ਼ਹਿਰ ਨੂੰ ਇਹ ਆਵਾਜ਼ ਚੱਕਣੀ ਚਾਹੀਦੀ ਹੈ, ਜੇ ਕੋਈ NGO ਵਾਲਾ ਗਲਤ ਕਰ ਰਿਹਾ ਉਹਦਾ ਜਲੂਸ ਕੱਢੋ, ਭਾਵੇਂ ਉਹ ਅਨਮੋਲ ਕਵਾਤਰਾ ਹੋਵੇ ਜਾਂ ਕੋਈ ਵੀ ਹੋਵੇ। ਸਿਵਲ ਹਸਪੀਟਲ ਦੇ ਵਿੱਚ ਦੇਖੋ ਜੀ, ਸਰਕਾਰੀ ਅਦਾਰਾ ਕੀ ਹੁੰਦਾ, ਲੋਕਾਂ ਦੀ ਸੁਵਿਧਾਵਾਂ ਲਈ ਉਹ ਜਗ੍ਹਾ ਬਣਦੀ ਹੈ। ਤਾਂ ਅਸੀਂ ਜਿਵੇਂ ਦਾਨ ਦੇ ਪੈਸੇ ਨਾਲ ਲੋਕਾਂ ਦੀ ਮਦਦ ਕਰਾਉਂਦੇ ਹਾਂ, ਕੋਈ ਅਸੀਂ ਆਪਣੇ ਘਰੋਂ ਤਾਂ ਪੈਸੇ ਦਿੰਦੇ ਨਹੀਂ, ਲੋਕ ਹੀ ਦਿੰਦੇ ਨੇ। ਤਾਂ ਪਿਛਲੇ 4 ਸਾਲਾਂ ਤੋਂ ਜਿਹੜੀ ਸੰਸਥਾ ਸਿਵਲ ਦੇ ਵਿੱਚ ਬਹਿ ਕੇ ਸੇਵਾ ਕਰ ਰਹੀ ਸੀ ਉਹ ਸਾਨੂੰ ਸਲਾਹ ਦਿੰਦੀ ਸੀ ਕਿ ਅਸਲ ਲੋੜਮੰਦ ਤੇ ਗਰੀਬ ਬੰਦਾ ਸਿਵਲ 'ਚੋਂ ਮਿਲੋ, ਸਿਵਲ 'ਚੋਂ ਲਓ ਜੇ ਲੈਣਾ। ਲੁਧਿਆਣੇ 'ਚ ਜੇ ਅਸਲ 'ਚ ਕਿਸੇ ਨੂੰ ਇਲਾਜ ਦੀ ਲੋੜ ਹੈ ਤਾਂ ਤੁਹਾਨੂੰ ਬੰਦਾ ਸਿਵਲ ਮਿਲੇਗਾ। ਤਾਂ ਜਦੋਂ ਸਾਡਾ ਸਿਵਲ ਨਾਲ ਵਾਹ ਪੈਣਾ ਸ਼ੁਰੂ ਹੋਇਆ, ਸਿਵਲ ਦੇ ਮਰੀਜ਼ਾਂ ਦੇ ਹਜ਼ਾਰਾਂ ਰੁਪਏ ਦੇ ਲੱਖਾਂ ਰੁਪਏ ਦੇ ਆਪਰੇਸ਼ਨ, ਜਿਹੜੇ ਮੈਂ ਤੁਹਾਨੂੰ ਜੇ ਡਿਟੇਲ ਦੇਣ 'ਤੇ ਆਵਾਂ ਤਾਂ ਕਿੰਨੇ ਆਪਰੇਸ਼ਨ ਜਿਹੜੇ ਉਹ ਮਰੀਜ਼ 2-2 ਮਹੀਨਿਆਂ ਤੋਂ ਤੜਪ ਰਹੇ ਸੀ ਅਸੀਂ ਉਹਨਾਂ ਦੇ ਆਪਰੇਸ਼ਨ ਫ੍ਰੀ ਕਰਾਏ ਨੇ, ਔਰ ਉੱਥੇ ਦੇ ਡਾਕਟਰਾਂ ਦੇ ਹੱਥ ਜੋੜਦੇ ਰਹੇ ਕਿ ਅਸੀਂ ਪ੍ਰਾਈਵੇਟ ਹਸਪੀਟਲਾਂ ਦੇ ਡਾਕਟਰਾਂ ਦਾ ਢਿੱਡ ਭਰ ਰਹੇ ਹਾਂ, ਉਹ ਪੈਸੇ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਪਰ ਉਹ ਕਿਸੇ ਗੱਲ ਮੰਨਣ ਨੂੰ ਤਿਆਰ ਨਹੀਂ। ਹੁਣ ਸਿਵਲ ਹਸਪੀਟਲ ਅਨਨੋਨ ਵਾਰਡ ਦੀ ਜੋ ਹਾਲਤ ਸੀਗੀ, ਜੇ ਮੈਂ ਤੁਹਾਨੂੰ ਪੁਰਾਣੀ ਵੀਡੀਓ ਕੱਢ ਕੇ ਦਿਖਾਵਾਂ ਤਾਂ ਤੁਹਾਡਾ, ਤੁਸੀਂ, ਮੈਂ, ਇੱਕ ਵੀ ਬੰਦਾ ਉੱਥੇ 5 ਮਿੰਟ ਨਹੀਂ ਖਲੋ ਸਕਦਾ। ਇੰਨੀ ਸਮੈਲ, ਲੈਟਰਿੰਗ ਬਾਥਰੂਮ ਉਹ ਪੇਸ਼ੈਂਟ ਵਿੱਚ ਕਰਦੇ ਨੇ, ਮੈਂਟਲੀ ਅਪਸੈਟ ਹੁੰਦੇ ਨੇ, ਕੋਈ ਘਰ ਬਾਹਰ ਨਹੀਂ ਹੁੰਦਾ। ਉਸ ਵਾਰਡ ਨੂੰ ਬਣਾਉਣ ਲਈ ਸਾਡੇ ਟੀਮ ਨੇ ਸਲਾਹ ਕੀਤੀ ਕਿ ਅਸੀਂ ਡੋਨਰਾਂ ਦੁਆਰਾ ਉਹ ਟਾਈਲਾਂ ਲਵਾਈਏ। ਸਾਡੇ ਇੱਕ ਡੋਨਰ ਨੇ ਟਾਈਲਾਂ ਭੇਜੀਆਂ, ਇੱਕ ਡੋਨਰ ਨੇ ਬੈੱਡ ਭੇਜੇ। ਅੱਗੇ ਅੱਗੇ ਅਸੀਂ ਮੈਡਮ ਨੂੰ ਕਹਿ ਰਹੇ ਸੀ ਕਿ ਸਾਨੂੰ ਦੇ ਦਿਓ ਅਥਾਰਟੀ, ਤੇ ਇਹਦੇ 'ਚ ਜੋ ਜੋ ਤੁਸੀਂ ਕਹੋਗੇ, ਜਿੱਦਾਂ ਜਿੱਦਾਂ ਕਹੋਗੇ ਅਸੀਂ ਉੱਦਾਂ ਉੱਦਾਂ ਕਰਾਵਾਂਗੇ। ਪਰ ਸਾਡਾ ਕੰਮ ਦੇਖੋ ਜੀ, ਸਰਕਾਰ ਸੰਸਥਾ ਕਿਉਂ ਖੁੱਲਦੀ ਹੈ? ਮੇਰੇ ਵਰਗਾ ਬੰਦਾ ਆਪਣਾ ਕੰਮ ਕਾਰ ਛੱਡ ਕੇ ਸੰਸਥਾ ਕਿਉਂ ਖੋਲੀ ਫਿਰਦਾ? ਕੋਈ ਧੰਦਾ? ਹਜ਼ਾਰਾਂ ਸੰਸਥਾਵਾਂ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਕੰਮ ਕਰ ਰਹੀਆਂ, ਸਾਰੀਆਂ ਧੰਦਾ ਨਹੀਂ ਕਰ ਰਹੀਆਂ। ਪਰ ਮੈਂ ਇਹ ਤੁਹਾਡੇ ਸਵਾਲ, ਤੁਸੀਂ ਬਹੁਤ ਸੋਹਣਾ ਪੁੱਛਿਆ ਕਿ ਜੇ ਕੰਮ ਤੁਸੀਂ ਕਰਨਾ ਫਿਰ ਸਰਕਾਰਾਂ ਦਾ ਕੀ ਫਾਇਦਾ? ਪਰ ਬਾਈ ਜੀ, ਮੇਰੇ ਕੋਈ ਗੱਲ ਦਾ ਜਵਾਬ ਦਿਓ, ਤੁਸੀਂ ਸਾਰੇ ਭਰਾ ਮੀਡੀਆ ਵਾਲੇ ਅੱਜ ਪਹੁੰਚੋ, ਇਨਸਾਨੀਅਤ ਤਾਂ ਤੁਹਾਡੇ ਅੰਦਰ ਵੀ ਹੋਏਗੀ। ਜੇ ਕੋਈ ਰੋਡ ਤੇ ਬੰਦਾ ਐਕਸੀਡੈਂਟ ਨਾਲ ਮਰ ਰਿਹਾ ਹੁੰਦਾ, ਤੁਸੀਂ ਉਹਨੂੰ ਚੱਕ ਕੇ ਲੈ ਕੇ ਜਾਂਦੇ ਹੋ ਇਲਾਜ ਕਰਾਉਣ ਕੇ, ਉਹਨੂੰ ਇਹ ਛੱਡ ਦਿੰਦੇ ਹੋ ਕਿ ਇਹ ਸਰਕਾਰ ਦੀ 108 ਦੀ ਜ਼ਿੰਮੇਵਾਰੀ ਆ, ਉਹ ਲੈ ਕੇ ਜਾਏਗੀ। ਇਨਸਾਨੀਅਤ ਨਾਤੇ ਸਾਡੇ ਵੀ ਗੁਰਸਾਹਿਬਾਂ ਨੇ ਸਾਨੂੰ ਸੇਵਾ ਦਾ ਹੁਕਮ ਦਿੱਤਾ, ਔਰ ਜਿੱਥੇ ਸਰਕਾਰ ਫੇਲ ਹੁੰਦੀ ਹੈ, ਜਿੱਥੇ ਸਰਕਾਰਾਂ, ਹੁਣ ਕਰੋਨਾ ਦੇ ਵਿੱਚ ਜੇ ਸਰਕਾਰਾਂ ਦੇ ਛੱਡ ਦਿੰਦੇ ਤਾਂ ਫਿਰ ਅੱਧੀ ਦੁਨੀਆ ਮਰ ਗਈ ਸੀ, ਫਿਰ ਸੰਸਥਾਵਾਂ ਹੀ ਕੰਮ ਆਈਆਂ। ਤਾਂ ਸਰਕਾਰ ਤੋਂ ਬਾਅਦ ਸੰਸਥਾ ਉਦੋਂ ਜਨਮ ਲੈਂਦੀ ਹੈ ਜਦੋਂ ਗੌਰਮੈਂਟ ਫੇਲੀਅਰ ਸਿਸਟਮ ਹੁੰਦਾ, ਤਾਂ ਉਹ ਸਿਸਟਮ ਫੇਲੀਅਰ ਹੁੰਦਾ ਤਾਂ ਹੀ NGOs ਜਨਮ ਲੈਂਦੀਆਂ। ਉਹ NGOs ਜਨਮ ਤਾਂ ਲੈਂਦੀਆਂ ਕਿ ਲੋਕਾਂ ਦੀ ਸੇਵਾ ਕਰ ਸਕੀਏ।